वर्ल्ड फूड दिवस पर आज पटियाला के पिज़्ज़ा बनाने वाली दुकान में उन गरीब बच्चों के लिए मुफ्त पिज़्ज़ा बर्गर वितरण किए गए जो हमारे शहर की गंदगी को उठाकर अपने घर का गुजारा करते हैं। इन तस्वीरों में आप देख रहे होंगे कि यह मासूम बच्चे जो हमारे शहर की गंदगी को उठाकर अपना जीवन निर्वाह कर रहे हैं, वे आज एक पिज़्ज़ा बनाने वाली कंपनी के शोरूम में बैठकर पिज़्ज़ा खा रहे हैं। ये संभव किया है पटियाला की हंगरी पॉइंट में, जहाँ पर उन्होंने वर्ल्ड फूड दिवस पर इन बच्चों को भरपेट पिज़्ज़ा खिलाया। आज विश्व भर में इस दिन को मनाया जा रहा है और आज भी पूरा दिन उन गरीब बच्चों ने पिज़्ज़ा बर्गर खाए जिनकी पहुंच से ये सब चीज़ें दूर हैं। वहीं दूसरी ओर इन बच्चों ने पिज़्ज़ा का मज़ा लेने के बाद कहा कि आज से पहले उन्होंने ऐसा भोजन नहीं खाया था। वे शुक्रिया करते हैं कि जिन्होंने उन्हें इस तरह का भोजन खिलाया। पटियाला से ब्यूरो रिपोर्ट, आज़ाद टीवी न्यूज़। सारियां नूं मैं हरप्रीत सिंह MD हंगरी पॉइंट ते हंगरी पॉइंट रेस्टोरेंट मेरा कॉन्सैप्ट है। मैं सन 2016 दे विच हुशियारपुर च कॉन्सैप्ट स्टार्ट किया सीगा। सन 2016 तो लैके हुण तक टोटल साढ़े 10 आउटलैट हो चुके ने वख-वख शहरां दे विच, लुधियाणा, जलंधर, ऊना, जम्मू ते ए पटियाला दे विच साडा ए आउटलैट ए भी है। असी प्योर वैजीटेरियन फूड सर्व करते हैं जी और फ्रैश तैयार करते हैं। आप सारियां नूं बेनती है इत्थे आके एक बारी तुसी ट्राई करो, साडा बहुत अच्छा कॉन्सैप्ट है, बहुत पसंद आएगा आप सारियां नूं। आप सब नूं जी मेरे वल्लों दिवाली दियां बहुत बहुत शुभकामनावां। दिवाली ते असी एक स्पैशल ऑफर रखिया सारियां वास्ते, सैकेंड पिज़्ज़ा ते 50% ऑफ चल रहा जी। और बाकी एक साडा कॉन्सैप्ट यह चलता है एवरी वैडनसडे बाय वन गैट वन है, ये कॉन्टीन्यूसली साडा ये चलता है। तो असी वर्ल्ड फूड डे ते एक मानवता नूं लैके भी अपने गरीब बच्चों असी फूड सर्व कर रहे हैं जी। आप जी देख सकते हो, तुसी मैं तुहानू दिखाना इधर आऊँ जी। पिज़्ज़ा बर्गर सैंडविच है जी, पास्ता डेगो और सब कुछ असी फ्रैश तैयार करते हैं। तुसी आके देख सकते हो, ओपन कॉन्सैप्ट है साडा, लाइव किचन है जी, ਤੁਸੀਂ ਦੇਖ ਸਕਦੇ ਹੋ। ਬਹੁਤ ਅੱਛਾ ਹੁੰਦਾ ਆਪਾਂ ਗੱਲ ਕਰੀਏ ਜਿਹੜੇ ਲੋਕ ਨੇ ਉਹ ਕਈ ਵਾਰ ਵੀ ਨਹੀਂ ਆ ਸਕਦੇ ਘਰ ਦੇ ਮੰਗਵਾਉਣਾ, ਉਹ ਕਿਸ ਤਰ੍ਹਾਂ ਉਹ ਘਰੇ ਮੰਗਵਾ ਸਕਦੇ? ਅਸੀਂ ਹੋਮ ਡਿਲੀਵਰੀ ਵੀ ਪ੍ਰੋਵਾਈਡ ਕਰਦੇ ਹਾਂ। ਮਿਨੀਮਮ ਹੋਮ ਡਿਲੀਵਰੀ ਵਾਸਤੇ 100 ਪੀਸ ਦਾ ਆਰਡਰ ਹੋਣਾ ਚਾਹੀਦਾ। ਅਸੀਂ ਤੁਹਾਨੂੰ ਫੋਨ 'ਤੇ ਆਰਡਰ ਕਰੋ, ਵਿਦ ਇਨ 30 ਮਿੰਟ ਦੇ ਵਿੱਚ ਅਸੀਂ ਤੁਹਾਨੂੰ ਘਰ ਹੋਮ ਡਿਲੀਵਰੀ ਪ੍ਰੋਵਾਈਡ ਕਰਾਂਗੇ ਜੀ। ਮੇਰਾ ਨਾਮ ਹੀਨਾ ਸਾਰਨ ਹੈ। ਕਿਹੜੀ ਜਗ੍ਹਾ ਤੋਂ? ਅਸੀਂ ਲੋਕਲ ਹੀ ਹਾਂ ਪਟਿਆਲੇ। ਕਿਹੜੀ ਜਗ੍ਹਾ ਤੋਂ ਅੱਜ ਪੀਜ਼ਾ ਖਾਣ ਆਏ ਹੋ? ਫਰੈਂਡ ਸਰਕਲ ਆਏ ਹੋ? ਕਿੱਦਾਂ ਤੁਹਾਨੂੰ ਪੀਜ਼ਾ ਲੱਗ ਰਿਹਾ ਖਾਣ 'ਤੇ? ਕਿੰਨੀ ਟਾਈਮ ਤੁਸੀਂ ਰਿਹਾ? ਅਸੀਂ ਇਹ ਲਾਸਟ ਮੰਥ ਓਪਨ ਹੋਏ ਸੀਗੇ ਅਤੇ ਅਸੀਂ ਮਤਲਬ ਰੈਗੂਲਰਲੀ ਆਉਂਦੇ ਹਾਂ ਫਰੈਂਡਸ ਰਲ ਕੇ, ਹੈ ਨਾ, ਫਰੈਂਡਸ ਆ ਗਏ, ਫੈਮਿਲੀ ਆ ਗਈ ਅਤੇ ਕਾਫੀ ਅੱਛਾ ਹੁੰਦਾ, ਟੇਸਟੀ ਹੁੰਦਾ ਪੀਜ਼ਾ। ਜੇ ਆਪਾਂ ਗੱਲ ਕਰੀਏ ਪੀਜ਼ੇ ਦੀ, ਹੋਰ ਪੀਜ਼ੇ ਨਾਲ ਤੇ ਨਵੇਂ ਪੀਜ਼ੇ ਦਾ ਕੀ ਫਰਕ ਹੈ? ਪਹਿਲਾਂ ਤਾਂ ਮਤਲਬ ਟੇਸਟੀ ਹੁੰਦਾ, ਫਰੈਸ਼ ਹੁੰਦਾ, ਇਹਨਾਂ ਦਾ ਕ੍ਰਸਟ ਹੈ ਜਿਹੜਾ ਵੀ ਇੰਨਾ ਹਾਰਡ ਨਹੀਂ ਹੁੰਦਾ, ਸੋਫਟ ਹੁੰਦਾ, ਫਰੈਸ਼ ਹੈ। ਅਤੇ ਬਾਕੀ ਡਿਫਰੈਂਸ ਜਿਵੇਂ ਟੈਕਸ ਦਾ ਹੈਗਾ, ਬਾਕੀ ਜਗ੍ਹਾ 'ਤੇ ਟੈਕਸਿਸ ਹੁੰਦੇ ਹੈ, ਇਹ ਟੈਕਸ ਇਨਕਲੂਡ ਨਹੀਂ ਕਰਦੇ ਅਤੇ ਨਾਲੇ ਨੀਅਰ ਹੈਗਾ, ਸਾਨੂੰ ਵਧੀਆ ਲੱਗਦਾ, ਟੇਸਟੀ ਹੁੰਦਾ। ਜੇ ਆਪਾਂ ਗੱਲ ਕਰੀਏ ਦਿਵਾਲੀ ਦਾ ਤਿਉਹਾਰ ਆਫਰਸ ਕਾਫੀ ਹੈਗੇ ਆ ਇਹਨਾਂ ਦੇ, ਜਿਵੇਂ ਇੱਕ 50% ਆਫ ਵਾਲਾ ਹੈਗਾ, ਬਾਏ ਵਨ ਗੈਟ ਵਨ ਫ੍ਰੀ। ਅਤੇ ਨਹੀਂ, ਡੈਫੀਨੇਟਲੀ ਅਸੀਂ ਕਹਿਣਾ ਚਾਹਵਾਂਗੇ ਕਿ ਸਾਰੇ ਜਣੇ ਤੁਸੀਂ ਆਓ, ਰਲ ਕੇ ਇੱਥੇ ਖਾਓ, ਵਧੀਆ ਐਟਮੋਸਫੇਅਰ, ਬਹੁਤ ਸੋਹਣਾ ਇਹਨਾਂ ਨੇ, ਬਹੁਤ ਅੱਛਾ ਜਿਹੜਾ ਬਣਾਇਆ ਹੋਇਆ ਇਹਨਾਂ ਦਾ ਮੈਥਡ ਸਾਰਾ, ਸਰਵਿੰਗ ਵੀ ਬੜੀ ਫਾਸਟ ਹੈਗੀ ਹੈ, ਤੁਹਾਨੂੰ ਵੇਟ ਨਹੀਂ ਕਰਨਾ ਪੈਂਦਾ ਜ਼ਿਆਦਾ ਦੇਰ, ਅਤੇ ਕਾਫੀ ਵਧੀਆ। ਮੇਰੇ ਨਾਲ ਹੀ ਸਮਨਦੀਪ ਸਿੰਘ ਹੈ। ਕਿਹੜੀ ਜਗ੍ਹਾ 'ਤੇ ਆਏ ਹੋ? ਕਿੰਨੇ ਫਰੈਂਡ ਤੁਹਾਡੇ ਹੋ ਰਹੇ ਪੀਜ਼ਾ ਖਾਣ ਆਏ ਹੋ? ਮੇਰੇ ਨਾਲ ਹੀ ਆਏ ਨੇ ਚਾਰ, ਮੇਰਾ ਬਰਥਡੇ ਆ ਜੀ ਅੱਜ, ਤਾਂ ਪਾਰਟੀ ਕਰ ਰਹੇ ਸੀ। ਹਾਂਜੀ, ਜੇ ਆਪਾਂ ਗੱਲ ਕਰੀਏ ਪੀਜ਼ਾ ਦੀ, ਹੋਰ ਪੀਜ਼ਾ ਕੋਲ ਹੱਟ ਦੇ ਨਾਲੋਂ ਇਸ ਪੀਜ਼ਾ ਦੀ ਕੀ ਕੁਆਲਿਟੀ ਤੇ ਆਪਾਂ ਖਾਣ 'ਚ ਕੀਤਾ ਰਹੇ, ਕਿਸ ਤਰ੍ਹਾਂ ਲੋਕਾਂ ਨੂੰ ਮੈਸੇਜ ਕਰਨਾ ਲੋਕ ਖਾਣ ਖਾਣ ਇਹ ਹੁਣ ਇਹਨਾਂ ਦੀ ਕੁਆਲਿਟੀ ਵਧੇ ਅਤੇ ਆਪਾਂ ਖਾਂਦੇ ਹਾਂ, ਰੈਗੂਲਰ ਖਾਂਦੇ ਹਾਂ ਇੱਥੇ, ਮਤਲਬ ਓਨਰ ਰਹਿੰਦੇ ਹਾਂ ਅਸੀਂ, ਅਤੇ ਫਰੈਂਡਸ ਵੀ ਕਾਫੀ ਪਸੰਦ ਕਰਦੇ ਇਹਨਾਂ ਨੂੰ, ਅਤੇ ਇਹ ਜਿਹੜੀ ਬੇਸ ਵਗੈਰਾ ਵਧੀਆ ਬਣਾਉਂਦੇ ਨੇ, ਖੁਦੇ ਬਣਾਉਂਦੇ ਨੇ ਬੇਸ, ਬਾਕੀ ਕੰਪਨੀਆਂ ਬਣਾਉਂਦੀਆਂ ਨੇ ਵੀ ਬੇਸ, ਉਹਨਾਂ ਦੇ ਪ੍ਰੀ ਰੈਡੀ ਹੁੰਦੇ ਨੇ, ਉੱਥੇ ਸਮਾਨ ਪਾ ਕੇ ਦੇ ਦਿੰਦੇ ਨੇ ਜੀ ਉਹ, ਅਤੇ ਇਹਨਾਂ ਦਾ ਜਿਵੇਂ ਕੋਈ ਕੁਆਲਿਟੀ ਵਧੀਆ, ਇੱਕ ਔਫਰ ਵਧੀਆ ਦਿੰਦੇ ਨੇ ਜਿਵੇਂ ਮਤਲਬ ਹੁਣ ਦਿਵਾਲੀ 'ਤੇ ਔਫਰ ਚੱਲ ਰਿਹਾ ਇਹਨਾਂ ਦਾ ਵਧੀਆ, ਅਤੇ ਇਹ ਵੀ
ਵੈਡਨਸਡੇ ਨੂੰ ਇਹਦਾ ਇੱਕ ਆਫਰ ਹੁੰਦਾ ਵਾ ਏਜ ਮਤਲਬ ਇੱਕ ਤੁਸੀਂ ਮੀਡੀਅਮ ਪੀਜ਼ਾ ਲੈਂਦੇ ਹੋ ਤਾਂ ਇੱਕ ਉਹਦੇ ਫ੍ਰੀ ਹੁੰਦਾ ਵਾ ਤਾਂ ਉਹ ਵੀ ਕਾਫੀ ਵਧੀਆ ਆਫਰ ਆ ਮੀਡੀਅਮ ਪੀਜ਼ਾ ਵਧੀਆ ਐਂਡ ਪੂਰਾ ਕੁਆਲਿਟੀ ਹੁੰਦੀ ਅਤੇ ਕੁਆਂਟਿਟੀ ਵੀ ਹੁੰਦੀ ਹੈ ਜੀ ਇਹਨਾਂ ਦੀ ਆਪਾਂ ਗੱਲ ਕਰੀਏ ਤਿਉਹਾਰਾਂ ਦੇ ਬਾਰੇ ਜਾਂ ਤਿਉਹਾਰਾਂ ਦੇ ਕਿੱਦਾਂ ਦਾ ਤੁਹਾਨੂੰ ਆਫਰ ਦੇ ਰਿਹਾ ਜੀ ਇਹ ਹੁਣ ਦੀਵਾਲੀ 'ਤੇ ਆਫਰ ਚੱਲ ਰਿਹਾ ਹੁੰਦਾ ਜੇ ਤੁਸੀਂ ਇੱਕ ਮੀਡੀਅਮ ਪੀਜ਼ਾ ਲੈਂਦੇ ਹੋ ਤਾਂ ਉਹਦੇ 'ਤੇ ਅਗਲਾ ਜਿਹੜਾ ਪੀਜ਼ਾ ਲੈਣਾ ਉਹ 50% ਆਫ 'ਤੇ ਮਿਲਦਾ ਕਾਫੀ ਵਧੀਆ ਆਫਰ ਆ ਬਾਕੀ ਮਤਲਬ ਜਿਵੇਂ ਹੋ ਗਿਆ ਡੋਮੀਨੋਜ਼ ਵਗੈਰਾ ਕਾਫੀ ਉਹ ਇਹੋ ਜਿਹੇ ਆਫਰ ਨਹੀਂ ਦਿੰਦੇ ਜੀ ਆਪਾਂ ਗੱਲ ਕਰੀਏ ਟੈਕਸ ਦੀ ਹਾਂਜੀ ਜੀ ਐਸ ਟੀ ਵੀ ਲੱਗ ਗਏ ਇਸ ਦਾ ਕੀ ਅਸਰ ਹੈ ਟੈਕਸ ਵਗੈਰਾ ਪੈਂਦਾ ਕਿ ਨਹੀਂ ਪੈਂਦਾ ਇਹਨਾਂ ਇਹ ਟੈਕਸ ਨਹੀਂ ਲੈਂਦੇ ਜੀ ਮਤਲਬ ਜਿੰਨਾ ਸਾਨੂੰ ਦਿੱਤਾ ਹੈ ਉਨਾ ਹੀ ਜਿੰਨਾ ਇਹਨਾਂ ਨੇ ਪ੍ਰਾਈਜ਼ ਲਿਖਿਆ ਹੁੰਦਾ ਉਨਾ ਹੀ ਦਿੰਦੇ ਨਾ ਕੋਈ ਐਕਸਟਰਾ ਟੈਕਸ ਹੈ ਇਹਨਾਂ ਦਾ ਕੁਆਲਿਟੀ ਵਧੀਆ ਅਤੇ ਆਪਾਂ ਮਤਲਬ ਫਰੈਂਡਸ ਵੀ ਕਾਫੀ ਪਸੰਦ ਕਰ ਰਹੇ ਮੈਂ ਤਾਂ ਇਹੀ ਕਹਾਂਗਾ ਜੀ ਤੁਸੀਂ ਇੱਕ ਵਾਰ ਆ ਕੇ ਟਰਾਈ ਖੁਦ ਕਰ ਟਰਾਈ ਕਰਕੇ ਦੇਖੋ ਸਾਡੇ ਕਹੇ 'ਤੇ ਨਾ ਜਾਓ ਵੀ ਆਪਣਾ ਟਰਾਈ ਕਰਕੇ ਦੇਖੋ ਤੁਹਾਨੂੰ ਵਧੀਆ ਲੱਗੇਗਾ